ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਜੀ? ਵਧੀਆ ਸਾਰੇ, ਮੇਰਾ ਨਾਮ ਰਣਜੋਤ ਸਿੰਘ ਹੈ ਔਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਯੂਟਿਊਬ ਚੈਨਲ ਔਰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਦੋਸਤੋ, ਕਜ਼ਾਕਿਸਤਾਨ ਸੀਰੀਜ਼ ਚੱਲਦੀ ਪਈ ਹੈ ਦੋਸਤੋ, ਔਰ ਮੈਂ ਹਾਂ ਕਜ਼ਾਕਿਸਤਾਨ ਦੇ ਅਲਮਾਟੀ ਸ਼ਹਿਰ ਦੇ ਵਿੱਚ। ਔਰ ਬਾਈ ਜੀ, ਮੌਸਮ ਦੀ ਕਿਆ ਗੱਲਬਾਤ ਕਰਾਂ ਯਾਰ, ਸਨੋਅ ਪੈਣ ਡਈ ਵਾ ਔਰ ਬਹੁਤ ਹੀ ਸ਼ਾਨਦਾਰ ਵੈਦਰ ਹੈਗਾ ਇਸ ਟਾਈਮ। ਜੋ ਇੱਥੇ ਦਾ ਟੈਂਪਰੇਚਰ ਹੈਗਾ ਉਹ ਦੋਸਤੋ -8 ਡਿਗਰੀ ਹੈਗਾ ਔਰ ਫੀਲ ਲਾਈਕ ਹੈਗਾ 12। ਤੋ ਬਾਈ ਜੀ, ਆਪਾਂ ਅਲਮਾਟੀ ਸ਼ਹਿਰ ਦੇ ਵਿੱਚ ਹੈਗੇ ਹਾਂ, ਇਹੋ ਜਿਹਾ ਵੈਦਰ ਜਿਹੜਾ ਹੈ ਨਾ ਸਾਡੇ ਵਾਸਤੇ ਬਹੁਤ ਹੀ ਸ਼ਾਨਦਾਰ ਹੁੰਦਾ ਔਰ ਅਸੀਂ ਲੋਕ ਬਹੁਤ ਇੰਜੋਏ ਕਰਦੇ ਹਾਂ। ਫਿਲਹਾਲ ਅਲਮਾਟੀ ਜਿਹੜੀ ਹੈ ਉਹ ਬਰਫ਼ ਪੈਣ ਡਈ ਹੈਗੀ ਦੋਸਤੋ। ਔਰ ਇਸ ਵੀਡੀਓ ਦੇ ਵਿੱਚ ਬਾਈ ਜੀ, ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਆਪਣਾ ਅਪਾਰਟਮੈਂਟ ਕਿ ਤੁਸੀਂ ਅਗਰ ਅਲਮਾਟੀ ਆਉਂਦੇ ਹੋ ਤਾਂ ਕਿੱਥੇ ਸਟੇਅ ਕਰ ਸਕਦੇ ਹੋ। ਤੁਹਾਡੇ ਕੋਲ ਬਹੁਤ ਸਾਰੇ ਆਪਸ਼ਨ ਨੇ, ਤੁਹਾਡੇ ਕੋਲ ਹੋਸਟਲ ਹੈਗਾ, ਤੁਹਾਡੇ ਕੋਲ ਹੋਟਲ ਹੈਗੇ ਨੇ, ਬਟ ਮੈਂ ਤੁਹਾਨੂੰ ਸੁਜੈਸਟ ਕਰਾਂਗਾ ਅਗਰ ਤੁਸੀਂ 2 ਜਣੇ ਹੋ ਜਾਂ 3 ਜਣੇ ਹੋ ਜਾਂ 4 ਜਣੇ ਹੋ, ਤਾਂ ਮੈਂ ਤੁਹਾਨੂੰ ਅੱਜ ਸੁਜੈਸਟ ਕਰਾਂਗਾ ਕਿ ਤੁਸੀਂ ਜਿਹੜਾ ਵਾ ਬਾਈ ਅਪਾਰਟਮੈਂਟ ਦੇਖੋ। ਅਪਾਰਟਮੈਂਟ ਬਹੁਤ ਸ਼ਾਨਦਾਰ ਔਰ ਕਾਫੀ ਰੀਜ਼ਨੇਬਲ ਰੇਟ ਦੇ ਉੱਤੇ ਮਿਲ ਜਾਂਦੇ ਨੇਗੇ। ਤੁਸੀਂ ਅਗਰ ਦੋਸਤੋ ਹੋਟਲ ਲੈਂਦੇ ਹੋ, ਸਿੰਗਲ ਹੈਗੇ ਅਤੇ ਹੋਸਟਲ ਲੈਂਦੇ ਹੋ ਤਾਂ ਤੁਹਾਡੇ ਵਾਸਤੇ ਬਹੁਤ ਵਧੀਆ ਹੈ, ਕਿਉਂਕਿ ਹੋਸਟਲ ਇੱਥੋਂ 500 ਤੋਂ 700 800 500 ਤੋਂ ਲੈ ਕੇ 1000 ਦੇ ਵਿੱਚ ਬਹੁਤ ਵਧੀਆ ਹੋਸਟਲ ਜਿਹੜਾ ਉਹ ਮਿਲ ਜਾਂਦਾ ਹੈ। ਮੈਂ ਤੁਹਾਨੂੰ ਰੈਕਮੈਂਡ ਕਰਾਂਗਾ ਸਟਾਰ ਹੋਸਟਲ, ਜਿਹੜਾ ਮੈਂ ਪਹਿਲੇ ਦਿਨ ਪਹਿਲੀ ਰਾਤ ਵਾਸਤੇ ਲਿਆ ਸੀਗਾ, ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਉੱਥੋਂ ਸ਼ਿਫਟ ਕਰਕੇ ਇਸ ਅਪਾਰਟਮੈਂਟ 'ਚ ਆਏ ਸੀਗੇ। ਸੋ ਮੈਂ ਤੁਹਾਨੂੰ ਦੱਸਣਾ ਕਿ ਅਪਾਰਟਮੈਂਟ ਬਾਰੇ ਕੀ ਫੈਸਿਲਿਟੀਜ਼ ਨੇ, ਔਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਬਿਲਕੁਲ ਸਿਟੀ ਸੈਂਟਰ ਦੇ ਵਿੱਚ ਹੈਗਾ, ਸਾਰਾ ਕੁਝ ਨਜ਼ਦੀਕ ਹੈਗਾ। ਮੈਟਰੋ ਸਟੇਸ਼ਨ ਵਿਦ ਇਨ ਆ ਵਾਕਿੰਗ 500 ਮੀਟਰ ਤੋਂ ਲੈ ਕੇ 700 ਮੀਟਰ ਦੇ ਵਿੱਚ ਹੈਗਾ। ਮੌਲ ਮੇਰੇ ਸਾਹਮਣੇ ਹੈਗਾ ਔਰ ਬਾਕੀ ਜਿਹੜੀ ਲਾਗੇ ਚਾਗੇ ਅਗਰ ਤੁਸੀਂ ਟੂਰਿਸਟ ਪਲੇਸ ਭਾਲਦੇ ਹੋ ਤਾਂ ਉਹ ਵੀ ਇਹਦੇ ਲਾਗੇ ਸਾਰੇ ਨੇਗੇ। ਸੋ ਮੈਂ ਤੁਹਾਨੂੰ ਦਿਖਾਉਂਦਾ ਆਪਣਾ ਅਪਾਰਟਮੈਂਟ ਬਾਈ ਜੀ। ਸੋ ਲੈ ਕੇ ਚੱਲ ਰਹੇ booking.com ਦਾ ਮੈਂ ਜਿਹੜਾ ਬੁੱਕ ਕੀਤਾ ਸੀ, ਕੋਈ ਪ੍ਰਮੋਸ਼ਨ ਨਹੀਂ ਹੈਗੀ ਹਜੇ ਇਹਨਾਂ ਦਾ, ਮੇਰਾ ਚੈਨਲ ਵੱਡਾ ਨਹੀਂ ਹੈਗਾ ਕਿ ਮੈਂ ਕਿਸੇ ਦੀ ਪ੍ਰਮੋਸ਼ਨ ਕਰ ਸਕਾਂ। ਫਿਰ ਵੀ ਇਹ ਜਿਹੜਾ ਹੈਗਾ ਦੋਸਤੋ ਮੇਰਾ ਅਪਾਰਟਮੈਂਟ ਹੈ, ਕਜ਼ਾਕ ਦੇ ਵਿੱਚ ਇਹਦਾ ਨਾਂ, ਇਸ ਕਰਕੇ ਪ੍ਰੋਨਾਂਸੀਏਸ਼ਨ 'ਚ ਬਹੁਤ ਦਿੱਕਤ ਹੈ, ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿਉਂਕਿ ਇਹ ਜਿਹੜਾ ਨਾਂ ਲਿਖਿਆ ਸੀ ਉਹ ਕਜ਼ਾਕ ਦੇ ਵਿੱਚ ਸੀ। ਜੇ ਤੁਸੀਂ ਕਹੋਗੇ ਤਾਂ ਮੈਂ ਇਹਦਾ ਜਿਹੜਾ ਲਿੰਕ ਹੈ ਉਹ ਡਿਸਕ੍ਰਿਪਸ਼ਨ 'ਚ ਦੇ ਦਾਂਗਾ ਦੋਸਤੋ, ਅਤੇ ਤੁਸੀਂ ਉੱਥੋਂ ਜਾ ਕੇ ਉਸਨੂੰ ਚੈੱਕ ਕਰ ਸਕਦੇ ਹੋ, ਠੀਕ ਹੈ ਜੀ। ਆਪਾਂ ਅਪਾਰਟਮੈਂਟ 'ਚ ਆ ਗਏ ਹਾਂ, ਅਪਾਰਟਮੈਂਟ ਦੇ ਬਿਲਕੁਲ ਸਾਹਮਣੇ ਆ ਗਏ ਹਾਂ ਅਤੇ ਆਪਾਂ ਇਹਨੂੰ ਖੋਲ੍ਹਨੇ ਹੈਗੇ ਹਾਂ। ਆਪਾਂ ਨੰਬਰ ਦੱਬਾਂਗੇ ਅਤੇ ਓਪਨ ਹੋ ਜਾਏਗਾ, ਜੇ ਤੁਹਾਨੂੰ ਤੁਹਾਡੇ ਅਪਾਰਟਮੈਂਟ ਦਾ ਨੰਬਰ ਪਤਾ ਹੋਏਗਾ। ਸੈਕਿੰਡ ਫਲੋਰ 'ਤੇ ਹੈਗਾ ਦੋਸਤੋ, ਇਹ ਫਸਟ ਫਲੋਰ ਹੈਗਾ। ਸੋ ਬਾਈ ਜੀ, ਇਹ ਆਪਣਾ ਅਪਾਰਟਮੈਂਟ ਹੈਗਾ, 1 ਬੈਡਰੂਮ ਸੈੱਟ ਹੈਗਾ। ਹਾਂਜੀ ਗੁਪਤਾ ਜੀ, ਇੱਕ ਰੂਮ ਸਰ ਇਹ ਹੈਗਾ ਡਬਲ ਬੈੱਡ, ਬਟ ਕੁਈਨ ਬੈੱਡ ਹੈਗਾ, ਬਹੁਤ ਵੱਡਾ ਨਹੀਂ ਹੈਗਾ। ਫੈਸਿਲਿਟੀਜ਼ ਕਾਫੀ ਅੱਛੀਆਂ ਨੇ ਜੀਆਂ, ਪ੍ਰੈਸ ਮਿਲ ਜਾਂਦੀ ਹੈ ਤੁਹਾਨੂੰ, ਅਲਮੀਰਾ ਮਿਲ ਜਾਂਦੀ ਹੈਗੀ, ਸ਼ੀਸ਼ਾ ਮਿਲ ਜਾਂਦਾ, ਵਾਮ ਬਿਲਕੁਲ ਵਾਮ ਹੈਗਾ ਸਰ ਅੰਦਰ ਆਉਂਦੇ ਹੀ। ਗੁਪਤਾ ਜੀ ਕਹਿ ਰਹੇ ਨੇ ਇਹਦੀ ਲੁੱਕ ਵੀ ਦਿਖਾਓ, ਠੀਕ ਹੈ, ਬਹੁਤ ਸ਼ਾਨਦਾਰ। ਇੱਥੇ ਤੁਹਾਨੂੰ ਇੱਕ ਹੋਰ ਛੋਟੀ ਅਲਮੀਰਾ ਮਿਲ ਜਾਂਦੀ ਹੈ ਅੰਦਰ, ਇਸ ਜਗ੍ਹਾ 'ਤੇ ਬਾਥਰੂਮ ਹੈਗਾ, ਠੀਕ ਹੈ ਜੀ। ਭਾਈ ਸਾਹਿਬ ਹੈਗੇ ਨੇ ਅੰਦਰ, ਕਿਚਨ, ਔਰ ਇੱਕ ਹੈ ਡਾਇਨਿੰਗ ਰੂਮ ਜਿਹਦੇ ਵਿੱਚ 2 ਸੋਫੇ ਲੱਗੇ ਨੇ ਤੁਹਾਨੂੰ 4 ਜਣਿਆਂ ਵਾਸਤੇ, ਬਹੁਤ ਹੀ ਸਫੀਸ਼ੀਐਂਟ ਔਰ ਬਹੁਤ ਸ਼ਾਨਦਾਰ। ਅਸੀਂ 4 ਜਣੇ ਹੈਗੇ ਹਾਂ, ਤੁਸੀਂ ਲੁੱਕ ਤਾਂ ਦੇਖ ਹੀ ਰਹੇ ਹੋ। ਹਾਂਜੀ ਗੁਲਤਾਰ ਵੀਰ ਜੀ, ਕਿਸ ਤਰ੍ਹਾਂ ਦਾ ਲੱਗਾ? ਬਹੁਤ ਵਧੀਆ ਜੀ ਅਪਾਰਟਮੈਂਟ ਆ, ਜਿੰਨੇ ਵੀ ਆਉਣਾ ਜ਼ਰੂਰ ਇੱਥੇ ਆਓ, ਪਰ ਇੱਕੋ ਕੰਡੀਸ਼ਨ ਹੈ ਵੀ ਜਾਣ ਲੱਗਿਆ ਸਫਾਈ ਜ਼ਰੂਰ ਕਰਕੇ ਜਾਇਓ, ਜਿੱਦਾਂ ਦਾ ਅਪਾਰਟਮੈਂਟ ਤੁਹਾਨੂੰ ਮਿਲਿਆ ਉੱਦਾਂ ਦਾ ਵਾਪਸ ਕਰਕੇ ਜਾਇਓ, ਕਿਉਂਕਿ ਆਪਣੀ ਕਮਿਊਨਿਟੀ ਫਿਰ ਬਦਨਾਮ ਹੁੰਦੀ, ਆਪਣਾ ਦੇਸ਼ ਬਦਨਾਮ ਹੁੰਦਾ, ਇਹ ਮੇਰੀ ਰਿਕੁਐਸਟ ਹੈ ਬਈ ਸਾਰਿਆਂ ਨੂੰ। ਬਾਈ ਜੀ, ਇਹ ਬਾਥਰੂਮ ਹੈਗਾ, ਠੀਕ ਹੈ ਜੀ,
ਸ਼ਾਵਰ ਔਰ ਵਾਸ਼ਰੂਮ ਜਿਹਦੇ ਤੁਹਾਨੂੰ ਜੈਲ ਵਗੈਰਾ ਸਾਰਾ ਕੁਝ ਦਿੱਤਾ ਜਾਂਦਾ, ਪੇਸਟ ਦਿੱਤੀ ਜਾਂਦੀ, ਬ੍ਰਸ਼ ਦਿੱਤਾ ਜਾਂਦਾ, ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪ੍ਰੋਵਾਈਡ ਕਰਵਾ ਰਿਹਾ ਅਪਾਰਟਮੈਂਟ ਹੋਣ ਤੋਂ ਬਾਵਜੂਦ ਵੀ, ਜੋ ਕਿ ਕਦੀ ਕਦੀ ਹੋਟਲ ਔਰ ਹੋਸਟਲ ਨਹੀਂ ਕਰਵਾਉਂਦੇ ਹੈਗੇ ਨੇ ਦੋਸਤੋ। ਠੀਕ ਹੈ ਜੀ। ਸੋ ਬਾਈ ਜੀ, ਆਪਾਂ ਹੁਣ ਗੱਲ ਕਰਨੀ ਆ ਫੈਸਿਲਿਟੀਆਂ, ਮੈਂ ਤੁਹਾਨੂੰ ਦਿਖਾ ਦਿੱਤੀਆਂ ਨੇ। ਬਾਥਰੂਮ ਦੇ ਵਿੱਚ ਤੁਹਾਨੂੰ ਦੋ ਜਣਿਆਂ ਵਾਸਤੇ ਸ਼ਾਵਰ ਜੈਲ ਦਿੱਤਾ ਜਾਂਦਾ, ਹੈਂਡ ਵਾਸ਼ ਦਿੱਤਾ ਜਾਂਦਾ, ਟੂਥਬ੍ਰਸ਼ ਦਿੱਤਾ ਜਾਂਦਾ, ਟੂਥਪੇਸਟ ਦਿੱਤਾ ਜਾਂਦਾ। ਠੀਕ ਹੈ ਜੀ। ਮਤਲਬ ਨਹਾਉਣ ਧੋਣ ਦਾ ਸਾਰਾ ਸਮਾਨ ਵੀ ਦਿੱਤਾ ਜਾਂਦਾ ਹੈਗਾ, ਔਰ ਬਹੁਤ ਵੱਡਾ ਨਹੀਂ ਹੈ, ਲੈਟਰਿਨ ਬਾਥਰੂਮ ਕੰਬਾਈਂਡ ਹੈਗਾ, ਬਟ ਅੱਛਾ ਹੈਗਾ, ਸਾਫ਼ ਸੁਥਰਾ। ਔਰ ਕਿਚਨ ਤੁਹਾਨੂੰ ਸਾਰੇ ਭਾਂਡੇ ਦਿੱਤੇ ਜਾਂਦੇ ਨੇ, ਕਿਚਨ ਦੀ ਸਾਰੀ ਫੈਸਿਲਿਟੀ ਦਿੱਤੀ ਜਾਂਦੀ ਹੈਗੀ ਹੈ। ਸੋ ਬਾਈ ਜੀ, ਜੇ ਗੱਲ ਕਰਾਂ ਮੈਂ ਇਹਦੇ ਪ੍ਰਾਈਜ਼ ਦੀ, ਇਹ ਪਿਆ ਵਾ ਸਾਨੂੰ 65,800 ਟੈਂਗੇ ਦਾ, 64,800 ਟੈਂਗੇ ਦਾ, 65,000 ਟੈਂਗੇ ਲਗਾ ਲਓ ਤੁਸੀਂ, ਅਤੇ ਇਹ 11,800 ਰੁਪਏ ਇੰਡੀਅਨ ਰੁਪੀਜ਼ ਦੇ ਵਿੱਚ ਪਿਆ। ਅਤੇ ਅਸੀਂ ਅਗਰ 12 ਨਾਲ ਇਹਨੂੰ ਰੱਖੀਏ ਅਤੇ 4 ਜਣਿਆਂ 'ਚ ਅਸੀਂ ਡਿਵਾਈਡ ਕਰੀਏ ਅਤੇ 3,000 ਰੁਪਏ ਜਿਹੜਾ ਹੈਗਾ ਉਹ ਪਰ ਬੰਦਾ ਪੈ ਜਾਂਦਾ। ਠੀਕ ਹੈ ਜੀ। ਔਰ 1,000 ਰੁਪਏ ਨਾਈਟ ਪੈ ਜਾਂਦੀ ਹੈਗੀ ਹੈ ਦੋਸਤੋ। 1,000 ਰੁਪਏ ਦੇ ਵਿੱਚ ਇਹੋ ਜਿਹਾ ਅਪਾਰਟਮੈਂਟ ਮਿਲਣਾ ਔਰ ਇਹੋ ਜਿਹੀ ਫੈਸਿਲਿਟੀਜ਼ ਮਿਲਣਾ, ਸਿਟੀ ਸੈਂਟਰ ਦੇ ਵਿੱਚ ਹੋਣਾ, ਸਾਰੀ ਚੀਜ਼ਾਂ ਨਜ਼ਦੀਕ ਹੋਣੀਆਂ, ਲੱਭੋ ਅਤੇ ਮਿਲ ਜਾਂਦਾ। ਅਤੇ ਮੈਂ ਜਿਹੜੇ ਤੁਹਾਨੂੰ ਪ੍ਰਾਈਜ਼ ਦੱਸ ਰਿਹਾ ਦੋਸਤੋ, ਇਹ ਹੋ ਸਕਦਾ ਉੱਪਰ ਥੱਲੇ ਹੋ ਜਾਣ, ਕਿਉਂਕਿ ਜਦ ਤੁਸੀਂ ਇਹ ਵੀਡੀਓ ਦੇਖੋ ਜਾਂ ਜਦ ਤੁਸੀਂ booking.com ਜਾਂ ਕਿਸੇ ਹੋਰ ਜਗ੍ਹਾ 'ਤੇ ਇਹਨੂੰ ਸਰਚ ਕਰੋਗੇ ਤਾਂ ਉਹਦਾ ਪ੍ਰਾਈਜ਼ ਦੂਸਰਾ ਆ ਸਕਦਾ ਦੋਸਤੋ, ਲੇਕਿਨ ਅਸੀਂ ਉਹ ਪ੍ਰਾਈਜ਼ ਦੱਸਣ ਡਿਆ ਜਿਸ ਦੇ ਵਿੱਚ ਅਸੀਂ ਇਹਨੂੰ ਲਿੱਤਾ ਵਾ। ਠੀਕ ਹੈ ਜੀ। ਔਰ ਤੁਸੀਂ ਵੀ ਇਸ ਤਰੀਕੇ ਨਾਲ ਬਹੁਤ ਹੀ ਚੀਪ ਵੇ ਦੇ ਵਿੱਚ ਜਿਹੜਾ ਹੈ ਦੋਸਤੋ ਆਪਣਾ ਟਰੈਵਲ ਕਰ ਸਕਦੇ ਹੋ, ਅਪਾਰਟਮੈਂਟ ਲੈ ਸਕਦੇ ਹੋ। ਅਪਾਰਟਮੈਂਟ ਲੈ ਕੇ ਅਗਰ ਤੁਸੀਂ ਖੁਦ ਬਣਾਉਣਾ ਚਾਹੋ ਤਾਂ ਖੁਦ ਬਣਾ ਕੇ ਇੱਥੇ ਰੋਟੀ ਖਾ ਸਕਦੇ ਹੋ। ਜੇ ਤੁਹਾਡੇ 'ਚ ਕਿਸੇ ਨੂੰ ਆਉਂਦਾ ਹੈ ਜਾਂ ਤੁਹਾਨੂੰ ਆਉਂਦਾ ਹੈ, ਤੁਸੀਂ ਟਰੈਵਲਰ ਹੈਗੇ ਹੋ ਤਾਂ ਓਬਵੀਅਸਲੀ ਤੁਹਾਨੂੰ ਰੋਟੀ ਪਾਣੀ ਬਣਾਉਣਾ ਜ਼ਰੂਰ ਆਉਂਦਾ ਹੋਏਗਾ। ਔਰ ਅਗਰ ਤੁਸੀਂ ਬਾਹਰੋਂ ਰਹਿ ਰਹੇ ਹੋ ਤਾਂ ਤੁਸੀਂ ਇੱਥੇ ਓਵਨ ਦੀ ਫੈਸਿਲਿਟੀ ਵੀ ਤੁਹਾਨੂੰ ਪ੍ਰੋਵਾਈਡ ਹੁੰਦੀ ਹੈ। ਤੁਸੀਂ ਓਵਨ 'ਚ ਆ ਕੇ ਉਹਨੂੰ ਗਰਮ ਕਰਕੇ ਤੁਸੀਂ ਉੱਥੋਂ ਪੈਕ ਕਰਾਓ ਔਰ ਇੱਥੇ ਓਵਨ 'ਚ ਲਿਆ ਕੇ ਤੁਸੀਂ ਗਰਮ ਕਰਕੇ ਜਿਹੜਾ ਇਹਨੂੰ ਆਰਾਮ ਨਾਲ ਖਾ ਸਕਦੇ ਹੋ ਦੋਸਤੋ। ਬਹੁਤ ਹੀ ਸ਼ਾਨਦਾਰ, ਬਹੁਤ ਹੀ ਵਧੀਆ ਰਿਕਮੈਂਡੇਬਲ ਅਪਾਰਟਮੈਂਟ ਅਗਰ ਤੁਸੀਂ 2 ਤੋਂ 4 ਜਣੇ ਹੈਗੇ ਹੋ, ਕਿਉਂਕਿ ਇਹ ਜਿਹੜਾ ਅਪਾਰਟਮੈਂਟ ਹੈ 2 ਜਣਿਆਂ ਵਾਸਤੇ ਹੈ। ਅਸੀਂ 4 ਜਣੇ ਰੁਕੇ ਹੋਏ ਹਾਂ, ਉਹਨਾਂ ਨੇ ਮਨਾ ਨਹੀਂ ਕਰਨਾ, ਲੇਕਿਨ ਜ਼ਿਆਦਾ ਖਿੱਚਪਿੱਚ ਹੋ ਜਾਂਦੀ ਹੈਗੀ ਅਗਰ ਇਹ 1 ਬੈਡਰੂਮ ਸੈੱਟ ਦੇ ਵਿੱਚ ਤੁਸੀਂ 4 ਜਣੇ ਰੁਕਦੇ ਹੋ, ਮਗਰ ਫਿਰ ਵੀ ਐਡਜਸਟੇਬਲ ਬੰਦੇ ਹੋਣੇ ਚਾਹੀਦੇ ਨੇ ਅਤੇ ਤੁਸੀਂ ਜਿਹੜਾ ਆਰਾਮ ਨਾਲ ਉੱਥੇ ਐਡਜਸਟ ਕਰ ਸਕਦੇ ਹੋ। ਅਸੀਂ ਸਾਰੇ ਚਾਰੋਂ ਭਰਾ ਬਹੁਤ ਹੀ ਐਡਜਸਟੇਬਲ ਹੈਗੇ ਹਾਂ, ਜਿੱਥੇ ਜਿਹਨੂੰ ਮੌਕਾ ਮਿਲਦਾ ਉੱਥੇ ਸੌਂ ਜਾਂਦਾ, ਔਰ ਦੂਜਾ ਬੰਦਾ ਜਿਹੜਾ ਉਹ ਜ਼ਿਆਦਾ ਨੁਕਤਾਚੀਨੀ ਵੀ ਨਹੀਂ ਕਰਦਾ ਹੈਗਾ। ਸੋ ਸਾਡਾ ਤਾਂ ਬਹੁਤ ਵਧੀਆ ਸਰਿਆ। ਸਾਰੇ ਬਾਈ ਜਿਹੜੇ ਨੇ ਉਹ ਅਲੱਗ ਅਲੱਗ ਨੇ। ਕੁਲਤਾਰ ਵੀਰ ਜੀ ਪੰਜਾਬ ਤੋਂ ਨੇ, ਲੇਕਿਨ ਉਹ ਅਲੱਗ ਸਿਟੀ ਤੋਂ ਨੇ। ਪਰਮ ਭਾਜੀ ਪੰਜਾਬ ਤੋਂ ਨੇ, ਉਹ ਅਲੱਗ ਸਿਟੀ ਤੋਂ ਨੇ। ਉਹ ਗੁਪਤਾ ਜੀ ਨੂੰ ਤਾਂ ਤੁਸੀਂ ਜਾਣਦੇ ਹੋ, ਉਹ ਵੀ ਜਿਹੜਾ ਯੂਪੀ ਦੇ ਹੈਗੇ ਨੇ, ਗਾਜ਼ੀਆਬਾਦ ਦੇ ਨੇ। ਸੋ ਮੈਂ ਦਿੱਲੀ ਦਾ ਹੈਗਾ। ਸੋ ਸਾਰੇ ਭਰਾ ਜਿਹੜੇ ਨੇ ਮਿਲ ਜੁਲ ਕੇ ਬੜਾ ਵਧੀਆ ਅਸੀਂ ਜਿਹੜਾ ਟਾਈਮ ਕੱਟ ਲਿਆ ਵਾ। 1 ਰਾਤ ਹੋਰ ਹੈ ਦੋਸਤੋ ਸਾਡੇ ਕੋਲ, ਉਸ ਤੋਂ ਬਾਅਦ ਵਾਪਸੀ, ਕਿਉਂਕਿ ਜ਼ਿਆਦਾ ਲੰਬਾ ਚੌੜਾ ਪਲੈਨ ਨਹੀਂ ਬਣਾਇਆ ਸੀ ਅਸੀਂ, ਬਹੁਤ ਹੀ ਸ਼ੋਰਟ ਪਲੈਨ ਸੀਗਾ ਸਾਡਾ, ਬਹੁਤ ਹੀ ਛੋਟਾ ਜਿਹਾ ਸੀਗਾ ਬਾਈ ਜੀ। ਸੋ ਇੰਨਾ ਹੀ ਇਸ ਵੀਡੀਓ ਦੇ ਵਿੱਚ, ਤੁਹਾਨੂੰ ਸਿਰਫ ਇਨਫੋਰਮੇਸ਼ਨ ਦੇਣੀ ਸੀ, ਤੁਹਾਨੂੰ ਸਿਰਫ ਦੱਸਣਾ ਸੀਗਾ ਕਿ ਤੁਸੀਂ ਜਿਹੜਾ ਅਪਾਰਟਮੈਂਟ ਵੀ ਬੁੱਕ ਕਰ ਸਕਦੇ ਹੋ ਅਗਰ ਤੁਸੀਂ ਜ਼ਿਆਦਾ ਜਣੇ ਹੈਗੇ ਹੋ। ਅਗਰ ਸਿੰਗਲ ਹੈਗੇ ਹੋ ਤਾਂ ਤੁਸੀਂ ਹੋਸਟਲ ਦੇ ਵਿੱਚ ਰਹਿ ਸਕਦੇ ਹੋ, 2 ਜਣੇ ਹੈਗੇ ਹੋ ਤਾਂ ਤੁਸੀਂ ਹੋਟਲ ਵੀ ਯੂਜ਼ ਕਰ ਸਕਦੇ ਹੋ ਦੋਸਤੋ। ਸੋ ਉਮੀਦ ਕਰਨਾ ਵੀਡੀਓ ਚੰਗਾ ਲੱਗਾ ਹੋਏਗਾ ਦੋਸਤੋ। ਔਰ ਕਿਸੇ ਨੇ ਕੋਈ ਗੱਲਬਾਤ ਪੁੱਛਣੀ ਹੋਏ, ਕੋਈ ਗੱਲਬਾਤ ਕਰਨੀ ਹੋਏ ਤਾਂ ਤੁਸੀਂ ਇੰਸਟਾ ਦੀ ID ਥੱਲੇ ਆ ਰਹੀ ਹੋਏਗੀ,
ਤੁਸੀਂ ਇੰਸਟਾ 'ਤੇ ਆ ਕੇ ਮੇਰੇ ਨਾਲ ਕੋਈ ਵੀ ਗੱਲਬਾਤ ਕਰ ਸਕਦੇ ਹੋ ਦੋਸਤੋ, ਠੀਕ ਹੈ ਜੀ। ਔਰ ਨੈਕਸਟ ਟ੍ਰਿਪ, ਨੈਕਸਟ ਪਲਾਨ ਜਿਹੜਾ ਉਹ ਬਹੁਤ ਜਲਦੀ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ। ਸੋ ਮਿਲਦੇ ਹਾਂ ਫਿਰ, ਰੱਬ ਰਾਖਾ, ਸ਼ਬਾ ਖੈਰ, ਸਤਿ ਸ਼੍ਰੀ ਅਕਾਲ ਜੀ।